ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਵੀਰਾਂ ਦੀ ਕੋਸ਼ਿਸ਼ ਕਰਨਾ ਹਰ ਉਹ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰੀਕੇ ਅੱਜ ਭਾਈ ਆਬਦ ਨੇ ਬੁਲਾਇਆ, ਭਾਈ ਆਬਦ ਕੋਲ ਆਇਆ, ਮਾਸ਼ਾਅੱਲਾ ਬੜੇ ਦੋ ਲਾਜਵਾਬ ਹੀਰੇ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਅਗਰ ਮੇਰੀ ਵੀਡੀਓ ਪਸੰਦ ਆਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਭੁੱਲਣਾ। ਔਰ ਅਗਰ ਮੇਰੀ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਔਰ ਬੈਲ ਆਈਕੋਨ ਦੇ ਬਟਨ ਨੂੰ ਕਲਿੱਕ ਕਰਨਾ, ਕਹਿੰਦਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਵੀਰਾਂ ਦੋਸਤਾਂ ਤੱਕ ਬਾਅਦ ਸਾਈਂ ਨਾਲ ਪਹੁੰਚਦਾ ਰਹੇ। ਔਰ ਪਹਿਲੇ ਨੰਬਰ 'ਤੇ ਦੋਸਤਾਂ ਵੀਰਾਂ ਨੂੰ ਹਵਾਗਾ ਪਿਓ ਚੋਲਸਤਾਨੀ ਅਤੇ ਜਰਸੀ ਦਾ ਕਰਾਸ ਹੈ ਦੋਸਤੋ, ਸਿਰੋਂ ਓਰੀਜਨਲ ਮੋਨੀ ਹੈ, ਕੋਈ ਮੋਨੀ ਕੀਤੀ ਨਹੀਂ ਹੋਈ। ਮੇਰੇ ਵੀਰਾਂ ਦੋਸਤਾਂ ਤਸੱਲੀਆਂ ਕਰਨੀਆਂ ਨੇ, ਬਿਲਕੁਲ ਗਿੱਲਿਆ ਨਾੜਵਾ 'ਚ ਬੱਚੇ ਨੇ। ਔਰ ਮੇਰੇ ਦੋਸਤਾਂ ਵੀਰਾਂ ਨੇ ਵੇਖ ਲੈਣਾ ਪਿਓਰ ਚੋਲਸਤਾਨੀ ਜਰਸੀ, ਮੇਰੇ ਵੀਰ ਤਸੱਲੀਆਂ ਕਰ ਲੈਣ। ਮਾਸ਼ਾਅੱਲਾ ਬੜਾ ਪਿਆਰਾ ਆਰਡਰ ਕੁਆਲਿਟੀ, ਬੜਾ ਲਾਜਵਾਬ ਜਾਨਵਰ ਇਹ, ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ। ਮਾਸ਼ਾਅੱਲਾ ਲੈਣੇ ਦੇ ਨਸੀਬ ਹੁੰਦੇ ਨੇ, ਚੀਜ਼ ਹਮੇਸ਼ ਤੋਂ ਵੀਰਾਂ ਦੋਸਤਾਂ ਵਾਸਤੇ ਸੁਥਰੀ ਔਰ ਖਰੀ ਲੈ ਕੇ ਆਈ ਦੀ ਏ। ਔਰ ਮੇਰੇ ਵੀਰ ਆਰਡਰ ਕੁਆਲਿਟੀ ਵੇਖ ਲੈਣ, ਮਾਸ਼ਾਅੱਲਾ ਚੰਗਾ ਆਰਡਰ ਕੁਆਲਿਟੀ, ਚੰਗਾ ਮੁੱਠ ਮੁੱਠ ਦਾ ਥਣ ਔਰ ਪੂਰੇ ਗਿੱਠ ਗਿੱਠ ਦੇ ਵਿਰਲਾਂ 'ਤੇ ਨੇ ਇਹ, ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ। ਵਧੀਆ ਗਿੱਠ ਗਿੱਠ ਦੇ ਵਿਰਲਾਂ ਨੇ ਔਰ ਮੇਰਾ ਵੀਰਾਂ ਦੋਸਤਾਂ ਨੇ ਹਰ ਗੱਲ ਦੀਆਂ ਤਸੱਲੀਆਂ ਕਰਨੀਆਂ ਨੇ, ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਵੀਰਾਂ ਦੋਸਤਾਂ ਰਹਿਣ ਦਿਆ ਗਾ, ਛੱਡ ਕੇ ਟੋਰੋ। ਔਰ ਥੱਬਿਆਂ ਦਾ ਆਰਡਰ ਕੁਆਲਿਟੀ ਏ, ਕੋਈ ਗੱਲਾਂ ਨਾਲ ਨਹੀਂ, ਓਰੀਜਨਲ ਮਾਸ਼ਾਅੱਲਾ ਥੱਬੇ ਮਾਰੀ ਫਿਰਦੀ ਏ। ਮੇਰੇ ਵੀਰ ਦੋਸਤ ਆਪ ਤਸੱਲੀਆਂ ਕਰ ਲੈਣ। ਮਾਸ਼ਾਅੱਲਾ ਇਹਨੂੰ ਕਹਿੰਦੇ ਨੇ ਥੱਬੇ ਔਰ ਮਾਸ਼ਾਅੱਲਾ ਮਾਸ਼ਾਅੱਲਾ ਦੇ ਦੋਸਤੋ ਕਮੈਂਟ ਆਉਣੇ ਚਾਹੀਦੇ ਨੇ। ਇਹ ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ। ਮਾਸ਼ਾਅੱਲਾ ਬੜਾ ਪਿਆਰਾ ਆਰਡਰ ਕੁਆਲਿਟੀ ਔਰ ਪੂਰਾ ਮੁੱਠ ਮੁੱਠ ਦਾ ਥਾਣੇ ਦੋਸਤੋ ਔਰ ਗਿੱਠ ਗਿੱਠ ਦੇ ਵਿਰਲਾਂ ਦੇ ਨੇ। ਔਰ ਮੇਰੇ ਵੀਰ ਟੁਰਨ ਫਿਰਨ ਵੇਖ ਲੈਣ, ਸੋਲਾਂ ਨੇ, ਕੋਈ ਲੱਤ 'ਚ ਘਾਟਾ ਵਾਧਾ ਨਹੀਂ, ਕੋਈ ਸਰਨ ਨਹੀਂ, ਕੋਈ ਵਾਹ ਨਹੀਂ। ਮਾਸ਼ਾਅੱਲਾ ਬੜਾ ਪਿਆਰਾ ਜਾਨਵਰ ਔਰ ਬੜਾ ਲਾਜਵਾਬ ਜਾਨਵਰ ਔਰ ਮਾਸ਼ਾਅੱਲਾ ਮਾਸ਼ਾਅੱਲਾ ਦੇ ਦੋਸਤੋ ਕਮੈਂਟ ਆਉਣੇ ਚਾਹੀਦੇ ਨੇ। ਅੱਜ ਦੋਸਤਾਂ ਵੀਰਾਂ ਵਾਸਤੇ ਤੋਹਫੇ ਹੀ ਲੈ ਕੇ ਆਉਂਦੇ ਨੇ ਔਰ ਅਨਮੋਲ ਤੋਹਫੇ ਲੈ ਕੇ ਆਉਂਦੇ ਨੇ। ਇਨਸ਼ਾਅੱਲਾ ਹਰ ਮੇਰੇ ਵੀਰ ਨੇ ਅੱਜ ਮਾਸ਼ਾਅੱਲਾ ਮਾਸ਼ਾਅੱਲਾ ਦੇ ਕਮੈਂਟ ਕਰਨੇ ਨੇ। ਇਹਦੇ ਮਗਰ ਵੱਛੀ ਕਿ ਵੱਛਾ ਹੈ ਔਰ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਵਹਾ ਦਿਆਂ, ਮਗਰ ਦੋਸਤੋ ਵੱਛਾ ਹੈ, ਲੈਣਦੇ ਨੇ ਨਸੀਬ ਨੇ। ਔਰ ਇਹ ਮੇਰੇ ਵੀਰ ਸੀਲਤਾ ਵੇਖ ਲੈਣ, ਬੜਾ ਪਿਆਰਾ ਜਾਨਵਰ ਔਰ ਹਵਾਨੇ 'ਚ ਵਾਧਿਆ ਨਾੜਾ ਨਜ਼ਰ ਆਈ ਜਾਂਦੀਆਂ ਨੇ। ਇਹ ਮੇਰੇ ਵੀਰ ਵੇਖ ਲੈਣ, ਬੜੀਆਂ ਸੀਲਤਾ ਕਰਮਾਲੀ ਦੀਆਂ ਔਰ ਇਹ ਵੇਖ ਲੈਣ ਕਿੱਲੇ ਨਾੜਵੇ 'ਚ ਅਜੇ। ਔਰ ਬਾਕੀ ਦੂਸਰੇ ਨੰਬਰ 'ਤੇ ਆ ਗਈ ਪਿਓਰ ਚੋਲਸਤਾਨੀ ਅਤੇ ਫਰੀਜ਼ੀਅਨ ਦਾ ਕਰਾਸ ਹੈ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ, ਕੋਈ ਵੀ ਦੋਸਤਾਂ ਵੀਰਾਂ ਦੀ ਨਜ਼ਰ ਤੋਂ ਜਲ ਨਹੀਂ। ਇਹ ਮੇਰੇ ਵੀਰ ਵੇਖ ਲੈਣ, ਸਿਰ ਓਰੀਜਨਲ ਮੋਨੀ, ਕੋਈ ਮੋਨੀ ਕੀਤੀ ਨਹੀਂ ਹੋਈ। ਇਹ ਮੇਰੇ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਚੰਗਾ ਕੱਦ ਕਾਟ, ਚੰਗੀ ਲਾਮ, ਚੰਗਾ ਸੋਹਣਾ ਸੁਥਰਾ ਜਾਨਵਰ ਔਰ ਫੜਨ ਵਾਲਾ ਹਵਾਨਾ। ਇਹ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ ਮਸ਼ਕਾ ਲਾਈ ਖੜੀਏ, ਗੱਲਾਂ ਨਾਲ ਨਹੀਂ, ਓਰੀਜਨਲ ਮਸ਼ਕਾ ਲਾਈ ਖੜੀਏ। ਇਹ ਮੇਰੇ ਵੀਰ ਟੁਰਨ ਫਿਰਨ ਵੇਖ ਲੈਣ, ਸੋਲਾਂ ਨੇ, ਕੋਈ ਲੱਤ 'ਚ ਘਾਟਾ ਵਾਧਾ ਨਹੀਂ, ਕੋਈ ਸਰਨ ਨਹੀਂ, ਕੋਈ ਵਾਹ ਨਹੀਂ। ਮਾਸ਼ਾਅੱਲਾ ਔਰ ਬੜਾ ਪਿਆਰਾ ਜਾਨਵਰ, ਗਰਮੀ ਸਰਦੀ ਦੀ ਬਾਦਸ਼ਾਹ ਦੋਸਤੋ ਔਰ ਪੁੱਠੇ ਮੱਝਾਂ ਤਰ੍ਹਾਂ ਚੌੜੇ, ਮੱਝਾਂ ਤਰ੍ਹਾਂ ਮਾਸ਼ਾਅੱਲਾ ਟੁਰਨ ਫਿਰਨ ਔਰ ਦਿਨ ਨੂੰ ਸਮਝ ਲਓ ਤੁਸੀਂ ਗਾਂ ਅਤੇ ਰਾਤ ਨੂੰ ਮਾਝੇ, ਅੱਲਾ ਮੇਰੇ ਦੇ ਹੁਕਮ ਨਾਲ ਨਾ ਗਰਮੀ ਕਰੇਗੀ ਨਾ ਸਰਦੀ ਕਰੇਗੀ। ਔਰ ਮਾਸ਼ਾਅੱਲਾ ਗਰਮੀ ਸਰਦੀ ਦਾ ਬਾਦਸ਼ਾਹ ਜਾਨਵਰ ਏ ਔਰ ਦੁੱਧ ਦੀ ਨਹਿਰ। ਇਨਸ਼ਾਅੱਲਾ ਦੋਵੇਂ ਜਾਨਵਰ ਹੀ ਅੱਜ ਦੋਸਤਾਂ ਵੀਰਾਂ ਵਾਸਤੇ ਤੋਹਫੇ ਲੈ ਕੇ ਆਉਂਦੇ ਨੇ। ਔਰ ਦੋਸਤੋ ਇਹਦੇ ਮਗਰ ਵੀ ਵੱਛਾ ਔਰ ਵੱਛੀ ਤਾਂ ਹੁੰਦੀ ਤਾਂ ਕਿਆ ਹੀ ਬਾਤ ਸਨ, ਦੋਵਾਂ ਮਗਰ ਦੋਸਤੋ ਵੱਛੇ ਨੇ ਔਰ ਦੋਵੇਂ ਅੱਜ ਅਨਮੋਲ ਹੀਰੇ ਦੋਸਤਾਂ ਵੀਰਾਂ ਵਾਸਤੇ ਲੈ ਕੇ ਆਉਂਦੇ ਨੇ। ਔਰ ਰੇਟ ਵੀ ਇਨਸ਼ਾਅੱਲਾ ਮੁਨਾਸਿਬ ਹੋਣਗੇ, ਕੋਈ ਜ਼ਿਆਦਾ ਰੇਟ ਨਹੀਂ ਹੋਣੇ, ਇਨਸ਼ਾਅੱਲਾ ਬਿਲਕੁਲ ਮਾਕੂਲ ਰੇਟ ਹੋਣਗੇ। ਔਰ ਇਹਦਾ ਵੀ ਥਣ ਮੁੱਠ ਮੁੱਠ ਦਾ ਔਰ ਪੂਰੇ ਗਿੱਠ ਗਿੱਠ ਦੇ ਵਿਰਲਾਂ ਦੇ ਨੇ ਔਰ ਪਾਵਰ ਵਾਲੇ ਥਣ ਨੇ ਦੋਵਾਂ ਦੇ। ਔਰ ਮਾਸ਼ਾਅੱਲਾ ਮਾਸ਼ਾਅੱਲਾ ਦੋਵੇਂ ਗਰਮੀ ਸਰਦੀ ਦੀਆਂ ਸ਼ਹਿਜ਼ਾਦੀਆਂ ਨੇ, ਨਾ ਗਰਮੀ ਦੀ ਪਰਵਾਹ ਨਾ ਸਰਦੀ ਦੀ ਪਰਵਾਹ। ਔਰ ਦੋਸਤਾਂ ਨੂੰ ਅੱਜ ਅਨਮੋਲ ਤੋਹਫੇ ਹੀ ਦਿੱਤੇ ਨੇ ਔਰ ਦੋਸਤਾਂ ਵੀਰਾਂ ਦੀਆਂ ਡਿਮਾਂਡਾਂ ਪੂਰੀਆਂ ਕਰੀਦੀਆਂ ਨੇ, ਦੋਸਤਾਂ ਵੀਰਾਂ ਦੀਆਂ ਖੁਆਇਸ਼ਾਂ ਪੂਰੀਆਂ ਕਰੀਦੀਆਂ ਨੇ, ਦੋਸਤਾਂ ਵੀਰਾਂ ਦੇ ਸ਼ੌਕ ਪੂਰੇ ਕਰੀਦੇ ਨੇ ਅੱਲਾ ਮੇਰੇ ਦੇ ਹੁਕਮ ਨਾਲ। ਔਰ ਮੇਰੇ ਵੀਰਾਂ ਨੂੰ ਵੀ ਚਾਹੀਦਾ ਸਾਡੀਆਂ ਮਿਹਨਤਾਂ ਦੀ ਹੌਸਲਾ ਅਫਜ਼ਾਈ ਕਰਨ ਔਰ ਚੈਨਲ ਸਬਸਕ੍ਰਾਈਬ ਕਰ, ਸ਼ੇਅਰ ਕਰਨ ਔਰ ਕਮੈਂਟ ਕਰਨ ਅੱਛੇ ਅੱਛੇ, ਕਿ ਦੋਸਤਾਂ ਵੀਰਾਂ ਨੇ ਸਾਡਾ ਹੌਸਲਾ ਅਫਜ਼ਾਈ ਕਰਨ, ਦੋਸਤਾਂ ਵੀਰਾਂ ਵਾਸਤੇ ਮਿਹਨਤਾਂ ਕਰੀਦੀਆਂ ਨੇ, ਦੋਸਤਾਂ ਵੀਰਾਂ ਵਾਸਤੇ ਖਪੀਦਾ। ਔਰ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਚਵਾ ਵੀ ਦਿਖਾਵਾਂਗਾ ਔਰ ਪਸਮਾ ਵੀ ਦਿਖਾਵਾਂਗਾ, ਹਰ ਗੱਲ ਦੀਆਂ ਤਸੱਲੀਆਂ ਕਰਾਵਾਂਗਾ। ਇਹ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ 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 ਦੋਸਤੋ, ਬਣਦਾ ਕਿ ਨਹੀਂ ਮੇਰੇ ਵੀਰਾਂ ਨੇ ਆਪ ਹੀ ਦੱਸਣਾ ਕਿ ਮਾਸ਼ਾਅੱਲਾ ਇਹਦੇ 'ਤੇ ਬਣਦਾ ਕਿ ਨਹੀਂ ਦੋਸਤੋ। ਬੜਾ ਪਿਆਰਾ ਥਣ ਕਰਮਾਲੀ ਦਾ ਔਰ ਪਸਮਾ ਵੇਖ ਲਓ, ਕਿੱਲੇ ਠੋਕ ਪਸਮਾ ਏ, ਇਹਨੂੰ ਕਹਿੰਦੇ ਨੇ ਕਿੱਲੇ ਠੋਕ ਪਸਮਾ, ਜਿਵੇਂ ਕਿੱਲੇ ਗੜ ਗਿਆ ਇੰਝ ਮਾਸ਼ਾਅੱਲਾ ਦਾ ਪਸਮਾ ਏ ਦੋਸਤੋ। ਔਰ ਦੂਸਰੇ ਨੰਬਰ ਵਾਲੀ ਆ ਗਈ, ਇਹਦੇ ਵਿੱਚ ਵਾਯੂ ਹਵਾਗੇ, ਤਸੱਲੀ ਕਰਾਵਾਂਗੇ ਦੋਸਤਾਂ ਵੀਰਾਂ ਨੂੰ ਔਰ ਮੇਰੇ ਵੀਰਾਂ ਨੇ ਇਹਦੇ ਵੀ ਕਰਨੀ ਏ। ਇਹ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ ਬੜਾ ਪਿਆਰਾ ਜਾਨਵਰ ਔਰ ਬੜਾ ਲਾਜਵਾਬ ਜਾਨਵਰ ਏ, ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ, ਕੋਈ ਵੀ ਦੋਸਤਾਂ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ, ਲੈਣਦੇ ਨੇ ਨਸੀਬ ਨੇ, ਚੀਜ਼ ਹਮੇਸ਼ਾ ਤੋਂ ਵੀਰਾਂ ਦੋਸਤਾਂ ਵਾਸਤੇ ਸੁਥਰੀ ਔਰ ਖਰੀ ਲੈ ਕੇ ਆਈ ਦੀ ਏ। ਇਹ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ 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 ਦੋਸਤੋ, ਦੂਸਰਾ ਥਾਣਾ 'ਚ ਵੀ ਮਾਰ ਦੇ। ਇਹ ਮੇਰੇ ਵੀਰਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ, ਕੋਈ ਵੀ ਦੋਸਤਾਂ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ। ਔਰ ਇਹਦੀ ਵੀ ਤਾਰ ਤਾਰ ਵੇਖ ਲੈਣ ਮੇਰੇ ਵੀਰ, ਮਾਸ਼ਾਅੱਲਾ ਬੜਾ ਪਿਆਰਾ ਚੁਆਕ ਕਰਮਾਲੀ ਦਾ। ਇਹ ਮੇਰੇ ਵੀਰ ਤਸੱਲੀਆਂ ਕਰ ਲੈਣ,
ਛੱਟੇ ਫੁਆਰ ਦੀ ਹਰ ਗੱਲ ਦੀ ਤਸੱਲੀ ਹੋ ਜਾਏਗੀ। ਲੈਣੇ ਦੇਣੇ ਨਸੀਬ ਹੁੰਦੇ ਨੇ। ਚੀਜ਼ ਹਮੇਸ਼ ਤੋਂ ਵੀਰਾ ਦੋਸਤਾਂ ਵਾਸਤੇ ਸੁਥਰੀ ਔਰ ਖਰੀ ਲੈ ਕੇ ਆਈ ਦੀ ਏ, ਏਰੀਆ ਫਿਰ ਕੇ ਮਿਹਨਤ ਕਰਕੇ ਸੋਹਣੇ ਸੁਥਰੇ ਜਾਨਵਰ ਲੈ ਕੇ ਆਈਦੇ ਨੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਮਾਸ਼ਾਅੱਲਾ। ਤੁਸੀਂ ਕੋਰੇ ਖੜੋ, ਤੁਸੀਂ ਕਹੋਗੇ ਮਾਸ਼ਾਅੱਲਾ ਬਾਲਟੀ ਕਿਵੇਂ ਤਾਂ ਆਉਂਦੀ ਪਈ ਆ। ਅੱਜ ਇਨਸ਼ਾਅੱਲਾ ਅੱਲਾ ਮੇਰੇ ਦੇ ਹੁਕਮ ਨਾਲ ਦੋਸਤੋ ਬੜੇ ਪਿਆਰੇ ਰੇਟ ਹੋਣਗੇ। ਮਾਸ਼ਾਅੱਲਾ ਦੋਸਤੋ ਬੜਾ ਪਿਆਰਾ ਚੁਆ ਕਰਮਾ ਇਹਦੇ। ਚਲੋ ਜੀ, ਚਲੋ ਜੀ, ਉੱਥੇ ਲੈ ਜਾ, ਹਾਂਜੀ ਉੱਥੇ ਹੀ ਕਰ ਲਓ। ਮਾਸ਼ਾਅੱਲਾ ਮਾਸ਼ਾਅੱਲਾ। ਮੇਰੇ ਵੀਰ ਵੇਖ ਲੈਣ, ਉਵੇਂ ਪਸਮਾ ਖੜਾ ਜੇ ਮਾਸ਼ਾਅੱਲਾ। ਸੱਤ, ਅੱਠ,
ਨੌ ਜੀ ਨੌ ਗਿਆ ਅਦੇ ਨਾਲ ਦੇ ਨਾਲ ਉਹ ਤਾਂ ਮਾਸ਼ਾ ਇਹ ਆਲਾ ਭਾਜੀ ਇੱਕ ਥਾਂ ਚੋਈ ਜਾਂਦਾ ਜੀ ਜੀ ਬਿਲਕੁਲ ਐ ਮੇਰੇ ਵੀਰ ਵੇਖ ਲੈਣ ਇੱਕ ਥਾਂ ਚੋਈ ਚੋਈ ਜਾਂਦਾ ਭਾਈ ਬੱਚੇ ਨੂੰ ਚੰਗਾ ਦੁੱਧ ਛੱਡਿਆ ਮਾਸ਼ਾਅੱਲਾ ਆ ਗਏ 10 10 ਔਰ ਆ ਮੇਰੇ ਵੀਰ ਵੇਖ ਲੈਣ ਦੁੱਧ ਵੀ ਸਫੈਦ ਚਿੱਟਾ ਕਰਮਾਲੀ ਦਾ ਹਜੇ ਥੋੜਾ ਥੋੜਾ ਬੋਲਾ ਹੈ ਅਜੇ ਬੋਲਾ ਇਹ ਦੁੱਧ ਬਣਿਆ ਨਹੀਂ ਸੀ ਅਜੇ ਸਹੀ ਦੁੱਧ ਬਣਿਆ ਨਹੀਂ ਸੀ ਬਾਕੀ ਘਾਟਾ ਦੁੱਧ ਹੈ ਮਾਸ਼ਾਅੱਲਾ ਇੱਕ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਅੱਠ ਜੀ ਅੱਠ ਨੌ ਦਸ ਦਸ ਗਿਆਰਾਂ ਜੀ ਗਿਆਰਾਂ ਗਿਆਰਾਂ ਹੀ ਲਓ 12 ਕਿਲੋ ਭਾਜੀ ਸਾਢੇ 11 ਹੋਇਆ ਭਰ ਦਿੰਦੇ ਆਪਾਂ ਹਾਲੇ ਪੂਰੀਆਂ ਕਰ ਦਿੰਦੇ ਆਪਾਂ ਦੋ ਗੜੀਆਂ ਕਰਾ ਦੋ ਦੇਖੋ ਕਿੰਨਾ ਛੱਡੀ ਐ ਮੇਰੇ ਵੀਰ ਵੇਖ ਲੈਣ ਮਾਸ਼ਾਅੱਲਾ ਚੰਗਾ ਬੱਚੇ ਨੇ ਦੁੱਧ ਛੱਡਿਆ ਮਾਸ਼ਾਅੱਲਾ ਦੋ ਧਾਰਾ ਵਜੇ ਗੜਵੀ ਫੁੱਲ ਹੋ ਗਈ ਬੜਾ ਪਿਆਰਾ ਚੁਆਇ ਕਰਮਾਲੀ ਦਾ ਮਾਸ਼ਾਅੱਲਾ ਬਸ ਕਰ ਚਲ ਬਸ ਠੀਕ ਹੈ ਇਹ 12 ਗੜਵੀਆਂ ਦੋਸਤੋ ਇਹਦੀਆਂ ਹੋਈਆਂ ਨੇ 10 ਉਹਦੀਆਂ ਹੋਈਆਂ ਨੇ ਇਹ ਭਰਾਇਆ ਜੋ ਇਹ ਮੇਰੇ ਵੀਰ ਵੇਖ ਲੈਣ ਪਹਿਲਾਂ ਸ਼ੁਰੂ 'ਚ ਆਰਡਰ ਕੁਆਲਿਟੀ ਵੇਖਣਾ ਮੁੜ ਐਂਡ 'ਤੇ ਵੇਖਣਾ ਕਿ ਮਾਸ਼ਾਅੱਲਾ ਹਵਾਨਾ ਨਿਚੋੜ ਕੀਤਾ ਕਰਮਾਲੀ ਨੇ ਕਿ ਨਹੀਂ ਕੀਤਾ ਇਹ ਮੇਰੇ ਦੋਸਤਾਂ ਵੀਰਾਂ ਨੇ ਆਪ ਡਿਸਾਈਡ ਕਰਨਾ ਇਹ ਮੇਰੇ ਵੀਰ ਵੇਖ ਲੈਣ ਔਰ ਬਾਕੀ ਜਿਹੜੀ ਗੱਲਬਾਤ ਹੈ ਉਹ ਕਰ ਲੈਂਦੇ ਹਾਂ ਭਾਈ ਆਬਦ ਨਾਲ ਆ ਜਾਓ ਜੀ ਭਾਈ ਆਬਦ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਜੀ ਭਾਈ ਆਬਦ ਕੀ ਹਾਲ ਜੀ ਠੀਕ ਭਾਜੀ ਸ਼ੁਕਰ ਅੱਲਾ ਭਾਈ ਆਬਦ ਗੱਲ ਹੈ ਕਿ ਜਿਵੇਂ ਹਮੇਸ਼ਾ ਤਰ੍ਹਾਂ ਅਲਹਮਦੁਲਿਲਾ ਜਾਨਵਰ ਤੁਹਾਡਾ ਲੱਗਦਾ ਤੇ ਫੌਰੀ ਸੇਲ ਹੋ ਜਾਂਦੀ ਆ ਦੇਖੋ ਸ਼ੋਰੂਮ ਖਾਲੀ ਮਾਸ਼ਾਅੱਲਾ ਜੀ ਬਿਲਕੁਲ ਐਵੇਂ ਗੱਲ ਹੈ ਮਾਸ਼ਾਅੱਲਾ ਉਹ ਖੜੀ ਆ ਵਿਕੀ ਖੜੀ ਆ ਜੀ ਬਿਲਕੁਲ ਮਾਸ਼ਾਅੱਲਾ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ ਉਹਦੇ ਚ ਇਹ ਨਾ ਕਿ ਹੁਣ ਵੀ ਆਪਾਂ ਲਦਾਈਆਂ ਨੇ ਅੱਲਾ ਦਾ ਸ਼ੁਕਰ ਹੈ ਤੁਹਾਡੇ ਸਾਹਮਣੇ ਲਦਾ ਕੇ ਤਾਂ ਤਾਂ ਲੇਟ ਹੋ ਗਏ ਲੇਟ ਹੋ ਗਿਆ ਹੁਣ ਅਜੇ ਲਦਾਈਆਂ ਨੇ ਉਹਦੇ ਚ ਇਹ ਕਿ ਭਾਈ ਆਬਦ ਤੁਸੀਂ ਖਰੀਆਂ ਗੱਲਾਂ ਕਰਦੇ ਹੋ ਹਾਂਜੀ ਜੈਨੂਇਨ ਗੱਲਾਂ ਹੁੰਦੀਆਂ ਨੇ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ ਮਾਲ ਆਉਂਦਾ ਤੇ ਵੇਖ ਜਾਂਦਾ ਹਾਂ ਇਨਸ਼ਾ ਅੱਲਾ ਸ਼ੁਕਰ ਅੱਲਾ ਸ਼ੁਕਰ ਅਲਹਮਦੁਲਿਲਾ ਖੜਕਾ ਕੇ ਲਿਆਓ ਤੇ ਖੜਕਾ ਕੇ ਮਾਸ਼ਾਅੱਲਾ ਜੀ ਤੇ ਭਾਈ ਆਬਦ ਵਾਲੀ ਵੀਡੀਓ ਦੇਖ ਲਓ ਆ ਦੇਖ ਲਓ ਪਰ ਜਿਹੜੀ ਲਾਈ ਕਿੰਨਾ ਮਾਲ ਸੀ ਮਾਸ਼ਾਅੱਲਾ ਹਾਂਜੀ ਮਾਸ਼ਾਅੱਲਾ ਸੇਲ ਹੋ ਗਿਆ ਸਾਰਾ ਸੇਲ ਹੋ ਗਿਆ ਔਰ ਉੱਪਰ ਆ ਕੇ ਚਵਾਈਆਂ ਕਰਕੇ ਲੈ ਕੇ ਉੱਪਰ ਆ ਕੇ ਚਵਾਈਆਂ ਕਰਕੇ ਲੈ ਕੇ ਜਾਂਦੇ ਇਹ ਨਹੀਂ ਕਿ ਆਨਲਾਈਨ ਗਈਆਂ ਹੋਣ ਉੱਪਰ ਆ ਕੇ ਚਵਾਈਆਂ ਕਰਕੇ ਜਿੰਨੇ ਵੀ ਗਈਆਂ ਮਾਸ਼ਾਅੱਲਾ ਚਵਾਈਆਂ ਕਰਕੇ ਦਿੱਤੀਆਂ ਚਵਾਈਆਂ ਕਰਕੇ ਦਿੱਤੀਆਂ ਦੋ ਦੋ ਚਵਾਈਆਂ ਕਰਕੇ ਐਵੇਂ ਗੱਲ ਹੈ ਭਾਈ ਆਬਦ ਇਹਨਾਂ ਦੋਵਾਂ ਦਾ ਸੁਭਾਅ ਦੱਸੋ ਜਨਮ ਭਾਜੀ ਦੂਸਰਾ ਦੂਸਰਾ ਜਨਮ ਦੂਸਰਾ ਜਨਮ ਦੂਸਰਾ ਦੂਸਰਾ ਕਿੰਨੇ ਕਿੰਨੇ ਦਿਨਾਂ ਦੀਆਂ ਸੁਈਆਂ ਹੋਈਆਂ ਨੇ ਭਾਜੀ ਇਹਦੀ ਤੀਸਰੀ ਚਵਾਈ ਬਾਕੀ ਦੁੱਧ ਤਾਪਾ ਮਾਸ਼ਾਅੱਲਾ 10 ਗੜੀਆਂ ਚਵਾਇਆ ਚਵਾਇਆ ਆਪਾਂ 12 ਗੜੀਆਂ ਹਮੇਸ਼ਾ ਤਰ੍ਹਾਂ ਤੁਸੀਂ ਇਸ ਗੱਲ ਨੂੰ ਛੱਡੋ ਆਪਾਂ ਜਿੰਨਾ ਵੀ ਚਵਾਤ ਹੈ ਹਮੇਸ਼ਾ ਤਰ੍ਹਾਂ ਜਿਹੜਾ ਆਪਾਂ ਚਵਾ ਕੇ ਦੇਣਾ ਵੀਰਾ ਭਰਾ ਨੂੰ ਉੱਪਰ ਆਇਆ ਨੂੰ ਤੁਸੀਂ ਉਹ ਹੀ ਗਰੰਟੀ ਦਿਓ ਕਿਉਂਕਿ ਤੁਸੀਂ ਫਿਰ ਬਾਅਦ 10 ਚਵਾਈਆਂ ਜੀ ਠੀਕ ਗੱਲ ਸੁਣ ਲਓ ਵੀ ਇਹਦੀ ਮੈਂ ਅੱਗੇ ਘੱਟ ਦਿੰਦਾ ਵਾਂ ਅੱਜ ਪੂਰੀ ਦੇ ਰਿਹਾ ਵਾਂ 20 ਕਿਲੋ ਦੀ ਗਰੰਟੀ 20 ਕਿਲੋ ਦੀ 10-10 20 ਕਿਲੋ ਦੀ ਗਰੰਟੀ ਠੀਕ ਹੋ ਜਿਹੜਾ ਮਰਜ਼ੀ ਭਰਾ ਕਰੇ ਵੱਧ ਹੋਵੇ ਤਾਂ ਲੈ ਕੇ ਜਾਣੀ ਘੱਟ ਹੋਵੇ ਨਾ ਲੈ ਕੇ ਜਾ ਠੀਕ ਹੋ ਗਿਆ ਜੀ ਤੇ ਇਹਦਾ ਇਹਦਾ 12-12 24 ਕਿਲੋ ਦੀ ਗਰੰਟੀ 24 ਕਿਲੋ ਦੀ ਪੱਕੀ 24 ਕਿਲੋ ਦੀ ਗਰੰਟੀ ਜੀ ਚਲੋ ਤੁਸੀਂ ਸਾਨੂੰ ਇਹਦੀ 18 ਦੀ ਦੇ ਦਿਓ ਉਹਦੀ 22 ਦੀ ਦੇ ਦਿਓ ਭਾਜੀ ਗਰੰਟੀਆਂ ਵੱਧ ਹੋਣ ਤਾਂ ਮਨ ਦੋ ਦੋਵਾਂ ਥੱਲੇ ਚਵਾਓਗੇ ਬਾ ਡਨ ਹੋ ਗਿਆ ਜੀ ਡਨ ਹੋ ਗਿਆ ਪੱਕਾ ਹੋ ਗਿਆ ਜਿਹੜਾ ਮੇਰਾ ਵੀਰ ਭਰਾ ਆਵੇ ਮਨ ਦੋ ਦਾ ਜ਼ਿਹਨ ਚ ਰੱਖ ਕੇ ਆਵੇ ਦੋਵਾਂ ਗਾਵਾਂ ਦਾ ਇਹ ਆਪਦੇ ਕਿੱਲੇ ਤੇ ਨਹੀਂ ਇੱਥੇ ਚੋ ਕੇ ਤਸੱਲੀ ਕਰਕੇ ਲੈ ਜਾਣੀ ਹੈ
ਇਹ ਗਰੰਟੀਆਂ ਨਾਲ ਜਿਹੜਾ ਮੇਰਾ ਭਰਾ ਵੇ ਇੱਥੇ ਚੋ ਕੇ ਪੂਰਾ ਕਰਕੇ ਤਸੱਲੀਆਂ ਨਾਲ ਫਿਰ ਲੈ ਕੇ ਜਾਵੇ। ਇੱਕ ਚਵਾਈ ਕਰ ਲਵੇ, ਦੋ ਕਰ ਲਵੇ, ਤਿੰਨ ਕਰ ਲਵੇ, ਮੁਤਮਿਨ ਹੋ ਕੇ ਜਾਵੇ। ਮੁਤਮਿਨ ਹੋ ਕੇ, ਮੁਤਮਿਨ ਹੋਵੇ ਤਾਂ ਲਵੇ ਦੁੱਧ ਦੀ ਤਸੱਲੀ ਵਾਪਸ ਹੋ। ਹਰ ਵਾਰ ਦੀ ਤਰ੍ਹਾਂ ਦੁੱਧ ਦੀ ਤਸੱਲੀ ਮੇਰੇ ਕਿੱਲੇ ਤੇ, ਮੈਂ ਬਾਰ ਬਾਰ ਕਹਿ ਰਿਹਾ ਵਾਂ, ਅਗਰ ਕਿਸੇ ਭਰਾ ਨੂੰ ਰਹਿਣ ਦੀ ਪ੍ਰੋਬਲਮ ਹੋਵੇ ਕਿਸੇ ਕਿਸਮ ਦਾ, ਦੁੱਧ ਦੀ ਤਸੱਲੀ ਮੇਰੇ ਕਿੱਲੇ ਤੇ ਕਰ ਲੈਣੀ ਆ, ਨੁਕ ਸਾਹਿਬ ਦੀ ਅਗਲੇ ਦੇ ਘਰ ਦੀ ਵੀ ਗਰੰਟੀ, ਅਗਲੇ ਦੇ ਘਰ ਦੀ ਵੀ ਬਿਲਕੁਲ। ਮਾਸ਼ਾਅੱਲਾ ਸੋਹਣੀ ਗੱਲ, ਇਸ ਤੋਂ ਬਾਅਦ ਗੱਲ ਕੋਈ ਨਹੀਂ ਕਰ ਸਕਦੇ, ਨਹੀਂ ਕਰ ਸਕਦੇ ਜੀ, ਬਿਲਕੁਲ ਗਰੰਟੀਆਂ ਹੀ ਦੇ ਸਕਣਾ, ਰਹਿਣ ਸਹਿਣ, ਖਾਣਾ ਸ਼ਾਣਾ ਹਰ ਸ਼ਾਇ ਮਿਲੇਗੀ, ਆਦਾ ਉੱਪਰ ਬਹਿ ਕੇ ਚਵਾਈਆਂ ਕਰਨ, ਤਸੱਲੀਆਂ ਕਰਨ। ਬੰਦਾ ਉੱਪਰ ਆ ਜਾਵੇ ਪਸੰਦ ਨਾ ਆਉਣ ਤਾਂ ਵੀ ਮੈਂ ਕਹਾਂਗਾ ਯਾਰ ਨਹੀਂ ਫਿਰ ਆਪਦ ਗਲਤ ਸੀ, ਪਸੰਦ ਵੀ ਆਣਗੀਆਂ ਇਨਸ਼ਾਅੱਲਾ ਜੀ। ਭਾਈ ਆਪਦਾ ਫਿਰ ਰੇਟ ਵੀ ਉਵੇਂ ਪਿਆਰ ਮੁਹੱਬਤ ਵਾਲੇ ਕਰੋ ਜਿਵੇਂ ਪਹਿਲਾਂ ਸੋਹਣੀਆਂ ਗੱਲਾਂ ਕੀਤੀਆਂ ਨਾ, ਇਵੇਂ ਸੋਹਣੀ ਜੀ ਗੱਲ ਹੀ ਕਰੋ ਰੇਟ। ਭਾਜੀ ਗਾਂ ਦਾ ਕਰ ਵੀ ਦੇਖ ਲਓ ਬੈਠ ਦਾ ਕਿੱਡੀ ਆ ਮਾਸ਼ਾਅੱਲਾ। ਹਾਂਜੀ 3,35,000 ਰੁਪਈਆ, 3,35,000 ਰੁਪਈਆ ਠੀਕ ਹੋ ਗਿਆ ਜੀ। ਇਹਦਾ 3,90,000 ਰੁਪਈਆ ਦੁੱਧ ਕਰੇਗੀ 26 ਤੋਂ 28 ਲੀਟਰ, ਇਸ ਟਾਈਮ ਮੌਜੂਦਾ ਬੋਲਾ 22 ਲੀਟਰ ਚੋ ਕੇ ਲੈ ਜਾਣਾ। 3,90,000 ਰੁਪਈਆ, 3,90,000 ਰੁਪਈਆ ਇਹਨਾਂ ਰੇਟਾਂ 'ਚ ਕੋਈ ਮਬਤਾ ਸ਼ੁਕ ਪਿਆਰ ਮੁਹੱਬਤ ਥੋੜ੍ਹਾ ਘਣਾ ਜ਼ਰੂਰ ਹੋਏਗਾ ਜੀ। ਇਨਸ਼ਾਅੱਲਾ ਕੋਈ ਨੁਕਸ ਸਾਹਿਬ ਹੋਵੇ ਗਰੰਟੀਆਂ, ਜਾਨਵਰ ਸਾਫ਼ ਤੇ ਸੁਥਰੇ ਹੋਣਗੇ, ਅੱਲਾ ਸੋਨੇ ਬਿਲਕੁਲ ਤੋਹਫੇ ਨਹੀਂ ਮਾਸ਼ਾਅੱਲਾ, ਅੱਲਾ ਸੋਨੇ। ਚਲੋ ਫਿਰ ਵੀ ਕਦਰ ਕੁਦਰ ਹੋਵੇਗੀ। ਹਾਂਜੀ ਕਦਰ ਹੋਏਗੀ ਭਾਜੀ ਜੀ, ਬੜੀ ਮਿਹਰਬਾਨੀ ਇਨਸ਼ਾਅੱਲਾ। ਇਹ ਮੇਰੇ ਵੀਰਾ ਭਰਾਵਾਂ ਦੋਸਤਾਂ ਦੇਖ ਲਿਆ, ਭਾਈ ਨੇ 20 ਦੀ 22 ਦੀ ਗਰੰਟੀ ਦਿੱਤੀ, ਲੇਕਿਨ ਮੈਂ ਕਿਹਾ 18 ਦੀ ਅਤੇ 20 ਦੀ ਤੁਸੀਂ ਗਰੰਟੀ ਦਿਓ, ਮੰਨ ਦਿਓ ਦੋਵਾਂ ਤੋਂ ਸਾਨੂੰ ਚਵਾ ਦਿਓ। ਔਰ ਉਹਨਾਂ ਨੇ ਕਿਹਾ ਚਵਾ ਕੇ ਦਿਆ ਕਿ ਜਿਹੜਾ ਮੇਰਾ ਵੀਰ ਭਰਾ ਖੁਸ਼ਮੰਦ ਹੋਵੇ ਲੈਣ ਦਾ, ਉੱਪਰ ਆਵੇ, ਅੱਲਾ ਦੇ ਹੁਕਮ ਨਾਲ ਮੰਨ ਦੋ ਦੇ ਜ਼ਿਹਨ 'ਚ ਰੱਖ ਕੇ ਆਵੇ, ਚੋ ਕੇ ਤਸੱਲੀਆਂ ਕਰਕੇ ਫਿਰ ਲੈ ਕੇ ਜਾਵੇ। ਔਰ ਇਹਦਾ 3,35,000 ਕੀਤਾ ਹੈ, ਉਹਦਾ ਜਿਹੜਾ ਕੀਤਾ ਹੈ ਆਪਣਾ 3,90,000 ਰੁਪਇਆ ਕੀਤਾ ਹੈ। ਇਹਨਾਂ ਰੇਟਾਂ 'ਚ ਵੀ ਇਨਸ਼ਾਅੱਲਾ ਜਿੰਨਾ ਹੋ ਸਕਿਆ ਕਮੀ ਪੇਸ਼ੀ ਕਰਾ ਕੇ ਦਿਆਂਗੇ। ਔਰ ਅੱਲਾ ਮੇਰੇ ਦੇ ਹੁਕਮ ਨਾਲ ਦੋਸਤੋ, ਇਹ ਦੁੱਧ ਦੀਆਂ ਨਹਿਰਾਂ ਨੇ ਦੋਵੇਂ ਜਿਹੜਾ ਮੇਰਾ ਭਰਾ ਲੈ ਗਿਆ, ਅੱਲਾ ਮੇਰੇ ਦੇ ਹੁਕਮ ਨਾਲ ਯਾਦ ਕਰੇਗਾ। ਔਰ ਗਵਾਲ ਦੀ ਜਾਨ ਹੈ ਦੋਵੇਂ ਗਾਵਾਂ ਹੀ, ਇਨਸ਼ਾਅੱਲਾ ਦੁੱਧ ਦੀਆਂ ਨਹਿਰਾਂ ਔਰ ਗਵਾਲ ਦੀ ਜਾਨ, ਔਰ ਗਰਮੀ ਸਰਦੀ ਦੀਆਂ ਵੀ ਸ਼ਹਿਜ਼ਾਦੀਆਂ। ਔਰ ਇਹ ਆਪਣੇ ਇਲਾਕੇ ਦਾ ਟੈਂਪਰੇਚਰ ਚੱਲਣੇ, ਨਾ ਗਰਮੀ ਕਰਨਗੀਆਂ, ਨਾ ਸਰਦੀ ਕਰਨਗੀਆਂ, ਨਾ ਦੁੱਧ ਨੂੰ ਯਰੀ ਵੀ ਫਰਕ ਪਾਵਣ ਦੀਆਂ। ਔਰ ਅਗਰ ਕਿਸੇ ਵੀਰ ਭਰਾ ਦੋਸਤ ਨੂੰ ਸਾਡੀ ਵੀਡੀਓ ਪਸੰਦ ਆਉਂਦੀ, ਔਰ ਬਾਕੀ ਮੇਰਾ ਵੀਰਾ ਭਰਾਵਾਂ ਨੇ ਆਪ ਦੇਖਣਾ ਇਹਨਾਂ ਗਾਵਾਂ ਦੇ, ਬਾਕੀ ਚੈਨਲ ਦੇ ਰੇਟ ਵੇਖਣਾ ਅੱਜ ਦੀ ਤਰੀਕ 'ਚ, ਬਾਕੀ ਮੇਰਾ ਸਹੁਰਿਆਂ ਵੀਰਾਂ ਨੇ ਸਾਰਿਆਂ ਨੂੰ ਰਿਸਰਚ ਕਰਨਾ, ਫਿਰ ਇਹਨਾਂ ਨੂੰ ਵੇਖਣਾ ਕਿ ਰੇਟ ਜ਼ਿਆਦਾ ਹੋਏ ਨੇ ਜਾਂ ਮਕੂਲ ਹੋਏ ਨੇ। ਇਹ ਮੇਰਿਆਂ ਵੀਰਾਂ ਭਰਾਵਾਂ 'ਤੇ ਆਪ ਹੀ ਖੁਦ ਹੀ ਇਨਸਾਫ਼ ਹੈ। ਔਰ ਅਗਰ ਮੇਰੀ ਵੀਡੀਓ ਪਸੰਦ ਆਵੇ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਭੁੱਲਣਾ। ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਨਾਜ਼ਮ ਦੇ ਇਜਾਜ਼ਤ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।